ਅਨੰਦਪੁਰ ਸਾਹਿਬ ਦੀ ਕੇਸਗੜ੍ਹ ਸਾਹਿਬ ਮਾਂ ਪਿਤਾ ਨੇ ਮੱਥਾ ਟਿਕਾਇਆ 18 ਸਾਲਾਂ ਦੇ ਪੁੱਤ ਨੂੰ ਜਾ ਕੇ ਨਮਸਕਾਰ ਕੀਤੀ ਤੇ ਰਾਹ 'ਚ ਜਾਂਦਿਆਂ ਸਮਝਾਈ ਜਾਂਦੀ ਮਾਂ ਪੁੱਤ ਦੀ ਪਿਆ ਗੁਰੂ ਕਲਗੀਆਂ ਵਾਲੇ ਦੇ ਚਰਨਾਂ 'ਚ ਜਾ ਕੇ ਜੂਠੇ ਭਾਂਡੇ ਮਾਂਜਣੇ ਹੀ ਉੱਥੇ ਤੱਪੜ ਝਾੜਨੇ ਹੀ ਉੱਥੇ ਜਾ ਕੇ ਗੁਰੂ ਰਹਿਮਤ ਕਰੇ ਖੰਡੇ ਬਾਟੇ ਦੀ ਪੌਲ ਤੈਨੂੰ ਮਿਲ ਜੇ ਤੇ ਪੁੱਤਰਾ ਤੈਨੂੰ ਨਵਾਂ ਜੀਵਨ ਮਿਲ ਜੇ ਆਪਣੀ ਕੁੱਲ ਨੂੰ ਸਦਾ ਵਾਸਤੇ ਧਰਤੀ ਦੇ ਉੱਤੇ ਰੋਸ਼ਨ ਕਰ ਜਾਏ। ਗਏ ਮੱਥਾ ਟੇਕਿਆ ਦੀਵਾਨ ਸਜਿਆ ਅਜੇ ਬਹੁਤੇ ਬਚਨ ਨਹੀਂ ਹੋਏ ਜਿਵੇਂ ਮਾਂ ਨੇ ਆਖਿਆ ਨਾ ਭਾਂਡੇ ਮਾਂਜਣੇ ਜਾ ਕੇ ਉੱਥੇ। ਇਹ ਸੰਨ 1700 ਦੀ ਗੱਲ ਆ ਤੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਉੱਥੇ ਪਹੁੰਚ ਗਏ ਤੇ ਅਗਲੇ ਦਿਨ ਅੰਮ੍ਰਿਤ ਸੰਚਾਰ ਹੋਣਾ। ਖਾਲਸਾ ਸਾਜੇ ਨੂੰ 1 ਸਾਲ ਹੋ ਗਿਆ। ਹੁਣ ਸੁਣਿਓ ਬੇਨਤੀ, ਭਾਂਡੇ ਮਾਂਜਦਿਆਂ ਮਾਂਜਦਿਆਂ 18 ਸਾਲ ਦਾ ਉਹ ਗੁਰੂ ਦਾ ਪਿਆਰਾ, ਮੈਂ ਇੱਕ ਬਚਨ ਪੜਿਆ, ਕਹਿੰਦੇ ਇੱਕ ਬਾਟਾ ਫੜਿਆ ਉਹਨੇ ਹੱਥ 'ਚ ਤੇ ਬਾਟੇ ਨੂੰ ਮਾਂਜਦਾ, ਇੰਨਾ ਮਾਂਜਦਾ ਉਹਨੂੰ, ਬਾਟੇ ਨੂੰ ਮਾਂਜ ਮੂੰਜ ਕੇ ਚੰਗੀ ਤਰ੍ਹਾਂ ਧੋ ਕੇ ਲਿਸ਼ਕਾ ਕੇ ਉਹਦੇ ਵਿੱਚ ਆਪਣਾ ਚਿਹਰਾ ਵੇਖਦਾ। ਇੱਕ ਵਾਰੀ ਮਾਂਜਿਆ, ਦੋ ਵਾਰੀ ਬਾਟਾ ਮਾਂਜਿਆ, 3 ਵਾਰੀ ਮਾਂਜਿਆ, ਆਪਣਾ ਚਿਹਰਾ ਵੇਖਦਾ ਤੇ ਵੇਹਦਿਆਂ ਵੇਹਦਿਆਂ ਪਤਾ ਕੀ ਹੋਇਆ, ਆਪਣਾ ਚਿਹਰਾ ਤੇ ਉਸ ਬਾਟੇ ਦੇ ਵਿੱਚ ਦਿਸਦਾ ਹੀ ਆ। ਉਹਨੇ ਜਦੋਂ ਇਹ ਚਿਹਰਾ ਵੇਖਿਆ ਨਾ ਬਾਟੇ 'ਚ ਮਾਂਜ ਕੇ ਬਾਟਾ, ਤੇ ਵੇਖਿਆ ਵੀ ਇੱਕ ਤੇ ਮੇਰਾ ਚਿਹਰਾ ਇਹਦੇ ਵਿੱਚ ਦਿਸਦਾ ਤੇ ਇੱਕ ਹੋਰ ਚਿਹਰਾ ਉਹਦੇ 'ਚ ਨਜ਼ਰ ਆ ਰਿਹਾ। ਉੱਪਰ ਸੀਸ ਤੇ ਦੁਮਾਲਾ ਦਸਤਾਰ, ਕਲਗੀ ਲੱਗੀ ਮੋਢੇ ਤੇ ਬਾਜ। ਜਦੋਂ ਪਿੱਛੇ ਭੌਂ ਕੇ ਵੇਖਿਆ ਵੀ ਇਹ ਕੌਣ ਤੱਕਦਾ ਪਿਆ, ਤੇ ਬਾਜਾਂ ਵਾਲਾ ਦਸ਼ਮੇਸ਼ ਮਾਂ ਗੁਜਰ ਕੌਰ ਦੇ ਲਾਲ ਪਿਛਲੇ ਪਾਸੇ ਖਲੋਤੇ ਆਣ ਕੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਫਿਰ ਸਿਜਦਾ ਕੀਤਾ, ਨਮਸਕਾਰ ਕੀਤੀ। ਸਤਿਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਨੇ ਆਖਿਆ ਕੀ ਤੱਕਦਾ, ਕੀ ਨਾਂ ਹੈ ਤੇਰਾ? ਕਹਿੰਦਾ ਜੀ ਨਾਮ ਤੇ ਦੀਪਾ ਵਾ, ਤੇ ਬਾਟੇ ਵਿੱਚੋਂ ਆਪਣਾ ਚਿਹਰਾ ਤੱਕਦਾ ਸਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਦੀਪਿਆ, ਕੱਲਾ ਚਿਹਰਾ ਹੀ ਨਹੀਂ ਤੱਕਣਾ, ਤੇਰੇ ਅੰਦਰ ਵੱਸਦੇ ਉਸ ਨਿਰੰਕਾਰ ਪਰਮਾਤਮਾ ਦੇ ਤੈਨੂੰ ਦਰਸ਼ਨ ਕਰਾ ਦੇਣੇ ਆ।